ਦਫ਼ਤਰ ਫਿਲੌਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਡੀਐਸਪੀ ਫਿਲੌਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਮੁਖਬਰ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਤਲਾਸ਼ੀ ਦੌਰਾਨ ਵੱਖ ਵੱਖ ਤਿੰਨ ਆਰੋਪੀਆਂ ਪਾਸੋਂ 100 ਗ੍ਰਾਮ ਨਸ਼ੀਲਾ ਪਦਾਰਥ ਤੇ ਇੱਕ ਮੋਬਾਈਲ, 55 ਗ੍ਰਾਮ ਨਸ਼ੀਲਾ ਪਦਾਰਥ ਤੇ 65 ਗ੍ਰਾਮ ਨਸ਼ੀਲਾ ਪਦਾਰਥ ਦੇ ਇੱਕ ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜੇ ਦਿਨਾਂ ਦੌਰਾਨ 3-4 ਵਾਰਦਾਤਾਂ ਹੋਈਆਂ ਸੀਗੀਆਂ। ਇੱਕ ਤਾਂ ਮੋਟਰਸਾਈਕਲ ਚੋਰੀ ਹੋਇਆ ਸੀਗਾ, ਇੱਕ ਸਾਡੇ 2 ਮੋਬਾਈਲ ਵੱਖਰੇ ਵੱਖਰੇ ਟਾਈਮ 'ਤੇ ਇਹਨਾਂ ਨੂੰ ਖੋਹ ਕੇ ਲੈ ਕੇ ਗਏ ਸੀਗੇ ਰਾਤ ਦੇ ਟਾਈਮ 'ਤੇ। ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਬੰਦੇ 3 ਅਰੈਸਟ ਕੀਤੇ ਆ। ਇੱਕ ਤਾਂ ਨਾ ਹੈਗਾ ਆ ਹਰਜੀਤ ਆ, ਇੱਕ ਧਰਮਿੰਦਰ ਆ ਅਤੇ ਤੀਜਾ ਹਰਪ੍ਰੀਤ ਆ। ਔਰ ਤਿੰਨੇ ਜਿਹੜੇ ਇਹਨਾਂ ਦੀ ਏਜ ਹੈਗੀ 19-20 ਸਾਲ ਏਜ ਹੈਗੀ ਇਹਨਾਂ ਦੀ। ਔਰ ਇਹਨਾਂ ਦਾ ਪਿਛਲਾ ਰਿਕਾਰਡ ਵੀ ਜਿਹੜਾ ਉਹ ਮਾੜਾ ਆ। ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਉਹ 2 ਮੋਬਾਈਲ ਵੀ ਬਰਾਮਦ ਹੋ ਗਏ ਨੇ, ਮੋਟਰਸਾਈਕਲ ਵੀ ਬਰਾਮਦ ਹੋ ਗਿਆ, ਅਤੇ ਇਹਨਾਂ ਕੋਲੋਂ ਜਿਹੜਾ ਆ ਇਹ ਨਸ਼ਾ ਵੀ ਕਰਦੇ ਨੇ ਅਤੇ ਵੇਚਦੇ ਨੇ, ਅਤੇ ਇਹਨਾਂ ਤਿੰਨਾਂ ਕੋਲੋਂ ਜਿਹੜਾ 215 ਗ੍ਰਾਮ ਜਿਹੜਾ ਆ ਉਹ ਨਸ਼ਾ ਬਰਾਮਦ ਹੋਇਆ। ਪਹਿਲਾਂ ਇਹਨਾਂ ਨੇ ਕੀਤਾ ਉਹ ਪਹਿਲਾਂ ਪਰਚੇ ਦਰਜ ਆ ਕੋਰਟ 'ਚ ਕੇਸ ਇਹਨਾਂ ਦੇ ਚੱਲਦੇ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ, ਚੈਨਲ 2।